ਸਾਰੇ ਰਾਜਨੀਤੀ ਤੋਂ ਉੱਤੇ ਉੱਠ ਕੇ ਇਸ ਲੜਾਈ ਵਿੱਚ ਇਕੱਤਰ ਹੋਏ ਸਾਰੇ ਮੇਰੇ ਭੈਣ ਭਰਾ ਬਜ਼ੁਰਗ ਮਾਤਾਵਾਂ ਯੋਧੇ ਇੱਕ ਵਾਰੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਸੰਗਤ ਬਣ ਕੇ ਆਇਆ ਸੀ ਸੁਣਨ ਆਇਆ ਸੀਗਾ ਪਰ ਕਹਿੰਦੇ ਵਿਚਾਰ ਸਾਂਝੇ ਕਰੋ ਤੁਹਾਨੂੰ ਸਲਿਊਟ ਹੈ ਯੋਧਿਓ ਤੁਸੀਂ ਲੀਹ ਖਿੱਚੀ ਹੈ ਬਾਕੀ ਤਾਂ ਮਗਰ ਤੁਰੇ ਆਉਂਦੇ ਆ ਫਿਰ ਟਰਾਲੀ ਉਧਰ ਜਦੋਂ ਲੀਹਾ ਪਾ ਦੋ ਨਾ ਫਿਰ ਸਾਰੇ ਮਗਰ ਤੁਰੇ ਆਉਂਦੇ ਆ ਕਈ ਆਏ ਨੇ ਕਈਆਂ ਨੂੰ ਆਉਣਾ ਪੈਂਦਾ ਸੋ ਇੱਦਾਂ ਚੜ੍ਹਦੀ ਕਲਾ ਚ ਰਹੋ ਡਟੇ ਰਹੋ ਬਿਲਕੁਲ ਮੰਜ਼ਿਲ ਆਪਣੀ ਨੇੜੇ ਹੈ ਖੈਰ ਆ ਜਿਹੜਾ ਲੋਕਡਾਊਨ ਜਾ ਲੰਘਿਆ ਇਹਦੇ ਵਿੱਚ ਇੱਕ ਗੱਲ ਦਾ ਤਾਂ ਪਤਾ ਲੱਗ ਗਿਆ ਆਪਾਂ ਨੂੰ ਜਿਉਣ ਲਈ ਮਹਿੰਗੇ ਮੋਬਾਈਲ ਨਹੀਂ ਚਾਹੀਦੇ ਵੱਡੀਆਂ ਗੱਡੀਆਂ ਨਹੀਂ ਚਾਹੀਦੀਆਂ ਢਿੱਡ ਭਰਨਾ ਚਾਹੀਦਾ ਉਹਦੇ ਲਈ ਅਨਾਜ ਚਾਹੀਦਾ ਅਨਾਜ ਕੌਣ ਪੈਦਾ ਕਰਦਾ ਕਿਸਾਨ ਫਿਰ ਉਸੇ ਕਿਸਾਨ ਦਾ ਉਹਦੇ ਆਪਣੇ ਮੁਲਕ ਦੇ ਵਿੱਚ ਇਹ ਬੁਰਾ ਹਾਲ ਇਹ ਤਾਂ ਆਪਾਂ ਬਰਦਾਸ਼ਤ ਨਹੀਂ ਕਰਾਂਗੇ ਇਦੋਂ ਘਰੋਣੀ ਘਟਨਾ ਨਹੀਂ ਹੋ ਸਕਦੀ ਸੋ ਇਹ ਇਤਿਹਾਸ ਕਹਿੰਦਾ ਵੀ ਜਿਹੜੇ ਮੁਲਕ ਦਾ ਕਿਸਾਨ ਦੁਖੀ ਹੈ ਉਹ ਮੁਲਕ ਦਾ ਕਦੇ ਕੁਛ ਬਣਿਆ ਹੀ ਨਹੀਂ ਆ ਐਡਾ ਇਕੱਠ ਐਡਾ ਜਨੂਨ ਕਿ ਇਹਨਾਂ ਸਰਕਾਰਾਂ ਨੂੰ ਦਿਸਦਾ ਨਹੀਂ ਮੈਨੂੰ ਤਾਂ ਲੱਗਦਾ ਆਪਣੇ ਵਿੱਚੋਂ 300-400 ਬੰਦੇ ਨੂੰ ਅੱਖਾਂ ਦਾਨ ਕਰਨੀਆਂ ਪੈਣਗੀਆਂ ਭਾਈ ਦੇਖ ਲਓ ਇਹ ਕੀ ਚਾਹੁੰਦੇ ਆ ਤੇ ਜਦੋਂ ਕਹਿੰਦੇ ਬੰਦਾ ਕੋਈ ਘਮੰਡੀ ਹੋ ਕੇ ਜਾਂ ਹੰਕਾਰ ਦੇ ਵਿੱਚ ਫੈਸਲਾ ਲੈਂਦਾ ਵੀ ਇਹ ਮੇਰਾ ਆਖਰੀ ਫੈਸਲਾ ਹੈ ਸਮਝ ਲਓ ਉਹਦੇ ਜਾਣ ਦਾ ਵਕਤ ਆ ਗਿਆ ਆਹ ਜਿਹੜਾ ਕਿਸਾਨੀ ਬਿੱਲ ਹੈ ਇਹ ਉਹਦਾ ਸਭ ਤੋਂ ਵੱਡਾ ਕਾਰਨ ਬਣੂਗਾ ਤੁਹਾਡੇ ਸਾਹਮਣੇ ਤੇ ਜਿਉਂਦੇ ਰਹੋ ਡਟੇ ਰਹੋ ਮੇਰਾ ਵੀਰ ਚੜ੍ਹਦੇ ਕਲਾ ਚਲੋ ਇੱਕ ਮੇਰੀ ਹੋਰ ਬੇਨਤੀ ਹੈ ਇੰਨਾ ਸਿਆਣਾ ਨਹੀਂ ਮੈਂ ਸਟੇਜ ਦੇ ਉੱਤੇ ਸਾਰੇ ਸਿਆਣੇ ਪਤਵੰਤੇ ਸੱਜਣ ਬੈਠੇ ਨੇ ਕਿਸਾਨ ਜੁਨੀਆਂ ਨਾਲ ਬੈਠੀਆਂ ਨੇ ਦੇਖੋ ਆਪਾਂ ਇਹ ਪਾਵਰ ਉਹ ਸਾਹਮਣੇ ਬੈਠੇ ਨੇ ਉਹਨਾਂ ਨੂੰ ਐਂ ਲੱਗਦਾ ਵੀ ਮੈਂ ਪਾਵਰ ਹਾਂ ਉਹ ਆਪਾਂ ਸਮਝ ਵੀ ਰਹੇ ਆਪਾਂ ਨੂੰ ਫਤਵਾ ਜਾਰੀ ਕਰ ਦਿੰਦੇ ਨੇ ਵੀ ਐਂ ਚੱਕ ਦੋ ਐਂ ਕਰ ਦੋ ਆਪਾਂ ਸੁਣ ਕੇ ਬਹਿ ਜਾਂਦੇ ਹਾਂ ਆਹ ਧਰਨੇ ਲਈ ਬੈਠੇ ਹਾਂ ਅਸਲੀ ਪਾਵਰ ਤਾਂ ਆਪਣੇ 'ਚ ਹੈ ਆਪਾਂ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਪੈਣਾ ਗਾਹਾਂ ਨੂੰ ਕਰਨਾ ਕੀ ਹੈ ਤੁਸੀਂ ਸਿਆਣੇ ਹੋ ਮੈਂ ਤਾਂ ਐਂ ਕਹਿਣਾ ਵੀ ਜਿਵੇਂ ਪੰਜਾਬ ਦੇ ਵਿੱਚ 13 ਤੇ ਹਰਿਆਣੇ ਦੇ ਵਿੱਚ 9 ਸੀਟਾਂ ਨੇ ਸਿੱਧੀਆਂ ਲੋਕ ਸਭਾ ਦੀਆਂ 22 ਜਾਣੇ ਹੋ ਗਏ ਆਪਣੀ ਗੱਲ ਕਰਨ ਯੋਗਾ ਤਾਂ ਹੋਵੇ ਕਿਸਾਨ ਯੂਨੀਅਨ ਆਪਣਾ ਮਤਾ ਪਾਓ ਅੱਜ ਸਾਰੇ ਜਾਣੇ ਸਾਰਾ ਹਿੰਦੁਸਤਾਨ ਇਕੱਠਾ ਵੀ ਆਪਣੇ ਮੈਂਬਰ ਖੜੇ ਕਰੀਏ ਜਾ ਕੇ ਲੋਕ ਸਭਾ ਦੇ ਵਿੱਚ ਸਾਡੀ ਗੱਲ ਕਰਨ ਤੇ ਜਿਹੜਾ ਕਿਸਾਨ ਯੂਨੀਅਨ ਵੱਲੋਂ ਜਿਹੜਾ ਚੁਣਿੰਦਾ ਬੰਦਾ ਅੱਜ ਤੁਸੀਂ ਫੈਸਲਾ ਕਰੋਗੇ ਉਹਦੇ ਅਗੇਂਸਟ ਅੱਜ ਨਹੀਂ ਜਦੋਂ ਤੱਕ ਵੀ ਕਰ ਲਿਆ ਜਿਹੜੇ ਜਾ ਕੇ ਕਿਸਾਨੀ ਦੀ ਗੱਲ ਕਰਨ ਸਾਡੀ ਰੱਖਿਆ ਕਰਨ ਹਨਾ ਸਾਡੀ ਜਿਹੜੇ ਖੇਤਾਂ ਨੇ ਉਹਨਾਂ ਦੀ ਰੱਖਿਆ ਕਰਨ ਜਿਹੜਾ ਉਹਨਾਂ ਦੇ ਖਿਲਾਫ ਕੋਈ ਵੀ ਪਾਰਟੀ ਬੰਦਾ ਖੜਾ ਕਰੂ ਉਹਦਾ ਡਟ ਕੇ ਵਿਰੋਧ ਕਰਾਂਗੇ ਸਾਰੇ ਜਾਣੇ ਇਹ ਫੈਸਲਾ ਲੈ ਕੇ ਜ਼ਰੂਰ ਜਾਇਓ ਸੋ ਮੈਂ ਪ੍ਰਮਾਤਮਾ ਅੱਗੇ ਬੇਨਤੀ ਕਰਦਾ ਇਹ ਪੰਜਾਬ ਇਹ ਪੰਜਾਬੀ ਪੰਜਾਬੀਅਤ ਇਹ ਪੱਗ ਇਹ ਪੰਜਾਬੀ ਮਾਂ ਬੋਲੀ ਅੱਜ ਤਾਈਂ ਕਿਸੇ ਦੇ ਅੱਗੇ ਝੁਕੀ ਨਹੀਂ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਤੇਰੇ ਅੱਗੇ ਹਰ ਵਕਤ ਇਹ ਸਿਰ ਸਜਦਾ ਕਰਦਾ ਸ਼ੁਕਰਾਨਾ ਕਰਦਾ ਤੇਰੇ ਅੱਗੇ ਝੁਕਦਾ ਇਹਨੂੰ ਕਿਸੇ ਹੋਰ ਅੱਗੇ ਨਾ ਝੁਕਣ ਦੇ ਇਹਦੇ ਵਿੱਚ ਇੱਕ ਸ਼ੇਰ ਬੋਲਦਾ ਇੱਕ ਤੂੰ ਹੀ ਹੈ ਜਿੱਥੇ ਝੁਕ ਜਾਂਦੇ ਨੇ ਸਿਰ ਇੱਕ ਤੂੰ ਹੀ ਹੈ ਜਿੱਥੇ ਝੁਕ ਜਾਂਦੇ ਨੇ ਸਿਰ ਬੂਹੇ ਹਾਕਮਾਂ ਦੇ ਮੈਂ ਥੁੱਕ ਕੇ ਲੰਘਦਾ ਸੋ ਡਟੇ ਰਹੋ ਮੇਰਾ ਵੀਰ ਇੰਨੀ ਕੁ ਹਾਜ਼ਰੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ